ਮੁੰਡਾ ਲਿਆ ਆਉਣਾ ਨੀ ਪੰਨਿਆ, ਤੂੰ ਚਲਾ ਜਾ ਆ, ਤੂੰ ਨਾ ਆਇਆ ਤੇ ਮੈਂ ਜਾਗਾ ਨਾ ਕੁਛ ਕਰੇ ਆ। ਪਰਮਜੀਤ ਸਿੰਘ ਜੇ ਆਪਦੇ ਬੱਚਿਆਂ ਨੂੰ ਮਾਰ ਕੇ ਆਇਆ ਤੇ ਕੀ ਹੋਇਆ ਅੱਜ? ਇਹਨੇ ਅੱਜ ਤੜਕੇ ਬਾਹਰ ਲੈ ਲਿਆ ਜੀ, ਸੁਸਾਈਡ ਕਰ ਲਿਆ। ਕਿੱਥੇ ਕੀਤਾ? ਅੰਦਰ ਬਾਥਰੂਮ ਜਾ। ਉੱਥੇ ਕਿਸ ਤਰ੍ਹਾਂ ਇੰਤਜ਼ਾਮ ਹੁੰਦੇ ਆ ਵੀ, ਮਤਲਬ ਕਿ ਜਿਹੜਾ ਹਵਾਲਾਤੀ ਇਸ ਤਰ੍ਹਾਂ ਦੇ ਮਤਲਬ ਕਿ ਕੰਮ ਕਰ ਲੈਂਦਾ ਵੀ, ਉਹ ਗਾਰਡ ਮੌਜੂਦ ਨਹੀਂ ਹੁੰਦੀ ਜਾਂ ਕੀ ਹੁੰਦਾ? ਗਾਰਡ ਅੰਦਰ ਮੁਲਾਜ਼ਮ ਦੇ ਅੰਦਰ ਤਾਂ ਜਾ ਨਹੀਂ ਸਕਦਾ ਜੀ, ਬਾਹਰ ਹੀ ਹੁੰਦਾ ਜੀ। ਮੁਲਾਜ਼ਮ ਨੇ ਤਾਂ ਬਾਹਰ ਹੀ ਗਿਆ ਗੇੜਾ ਮਾਰਨਾ। ਅਤੇ ਕਿਹਦੇ ਨਾਲ ਲਟਕ ਕੇ ਕੀਤੀ? ਪੱਖੇ ਨਾਲ ਲਟਕਿਆ ਜਾਂ ਕੋਈ ਮਤਲਬ ਉੱਥੇ ਕੋਈ ਬਾਰੀ ਨਾਲ ਜਾਂ ਕਿਸੇ ਝਰਨੇ 'ਚ ਹੁੰਦੇ ਜੀ, ਹੁੰਦੇ ਜੀ ਲੱਗੇ ਹੁੰਦੇ। ਕੀ ਪਰੇਸ਼ਾਨ ਰਹਿੰਦਾ ਸੀ ਅੰਦਰ? ਹਾਂਜੀ ਪਰੇਸ਼ਾਨ। ਹੁਣ ਕਾਰਵਾਈ ਕੀ ਕਾਰਵਾਈ ਕਰੇ? ਹਾਂਜੀ ਕੀ ਕਾਰਵਾਈ ਕਰਦੇ ਪਏ? ਸਾਡੇ ਅਫਸਰਾਂ ਨੂੰ ਪਤਾ ਜੀ। ਡੈਡ ਬੋਡੀ ਕਿਤੇ ਸਿਵਲ ਹਸਪੀਟਲ ਲੈ ਕੇ ਆਇਓ। ਹਾਂਜੀ ਡੈਡ ਬੋਡੀ ਆਈ ਹੈ ਸੈਂਟਰਲ ਜੇਲ੍ਹ ਤੋਂ, ਸੈਂਟਰਲ ਜੇਲ੍ਹ ਫਿਰੋਜ਼ਪੁਰ ਤੋਂ। ਪਰਮਜੀਤ ਸਿੰਘ ਉਹਦਾ ਨਾਮ ਹੈ ਅਤੇ ਅਲਿਸਟ ਕੋਜ਼ ਮਤਲਬ ਹੈਂਗਿੰਗ, ਸੁਸਾਈਡਲ ਹੈਂਗਿੰਗ ਨਾਲ ਅਲਿਸਟ ਕੋਜ਼ ਦੱਸਿਆ ਜਾ ਰਿਹਾ। ਅਤੇ ਪੋਸਟਮਾਰਟਮ ਹਲੇ ਹੋਇਆ ਕਿ ਨਹੀਂ? ਨਹੀਂ ਹਜੇ ਪੇਪਰਸ ਨਹੀਂ ਆਏ।